ਦਾ ਕਵਾਲ ਕਵਾਲੀ ਸੁਣਾ ਤੇ ਕਵਾਲਾਂ ਦੇ ਗੁਲਾਮਾਂ 'ਚ ਬੜਾ ਫਰਕ ਪੈ ਸਕਦਾ ਸਾਰੇ ਕਵਾਲੀ ਤੇ ਅਸੀਂ ਗੁਲਾਮ ਮੇਰੇ ਦਾਦਾ ਜੀ ਜੀ ਬਾਬਾ ਜੀ ਨੇ ਫਰਮਾਇਆ ਹਰੀ ਮਹਿਫਲ 'ਚ ਕਿ ਮੈਂ ਅਫਸਲ ਕਵਾਲ ਉਦੋਂ ਬਣਿਆ ਜਦੋਂ ਰੰਗਾਂ ਵਾਲੀ ਸਰਕਾਰ ਦੇ ਪੈਰ ਧੋ ਕੇ ਪੀਤੇ ਉਦੋਂ ਅਫਸਲ ਕਵਾਲ ਕਬਰ ਚੋਂ ਹੱਥ ਬਾਹਰ ਕੱਢਕੇ ਆਖਣ ਲੱਗੇ ਜੇ ਤੇਰਾ ਮਿਸ਼ਰੀ ਅਲੀ ਅਲੀ ਕਰਨ ਵਾਲਾ ਕੋਈ ਨਹੀਂ ਰਹਿ ਗਿਆ ਤੇ ਮਰਨ ਦਾ ਪ੍ਰੋਗਰਾਮ ਸਾਡਾ ਵੀ ਬਦਲ ਗਿਆ
ਕਸੀਦੇ ਦਾ ਬੋਲ ਤੇ ਮੇਰਾ ਦਰਦ ਤੁਹਾਡੀ ਗੱਲ ਮੈਂ ਸਰਕਾਰ ਨੂੰ ਗੱਲ ਸੁਣਾਉਣੀ ਤੁਹਾਡੀ ਗੱਲ ਇਹ ਕਸੀਦਾ ਤੇ ਇਸ ਤੋਂ ਬਾਅਦ ਮੇਰਾ ਟਾਇਮ ਖਤਮ ਜਿਹਦਾ ਹੈ ਉਹ ਹੈ ਮੈਂ ਚੱਕੇ ਸ਼ਰੀਫ ਵਿੱਚ ਦੋ ਸਾਲ ਪਹਿਲਾਂ ਕਵਾਲੀ ਕੀਤੀ ਤੇ ਜਨਾਬ ਮੈਂ ਬੋਲ ਦਿੱਤਾ ਤੇ ਸਾਰੇ ਪੰਡਾਲ ਹੱਥ ਚੁੱਕ ਕੇ ਨਾਰਾ ਲਾਇਆ ਮੈਨੂੰ ਮਹਿਸੂਸ ਹੋਇਆ ਕਿ ਮੌਲਾ ਅਲੀ ਸ਼ਹਿਨਸ਼ਾਹ ਇਸ ਬਾਦਸ਼ਾਹ ਮਹਿਫਲ ਵਿੱਚ ਮੌਜੂਦ ਨੇ ਅਲੀ 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 ਕੀ ਮੇਰੇ ਤੈਨੂੰ ਲੱਗਦੇ